ਸਿਕਾਇਲ ਜੀ ਸਾਰਿਆਂ ਨੂੰ ਅੱਜ ਬਣਾ ਰਹੇ ਜੀ ਆਪਾਂ ਜਲੇਬੀਆਂ। ਅੱਧਾ ਕੱਪ ਆਪਾਂ ਮੈਦਾ ਲਿਆ ਜੀ ਅਤੇ ਇੱਕ ਚੌਥਾਈ ਆਪਾਂ ਇਹਦੇ 'ਚ ਦਹੀਂ ਪਾਉਣਾ, ਉਹਨੂੰ ਮਿਕਸ ਕਰ ਲਓ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਵਿੱਚ ਹੀ ਪਾਉਣੀ ਹੈ ਜੀ ਆਪਾਂ ਇਹਦੇ ਕਲਰ। ਆਪਣੇ ਕੋਲ ਕਲਰ ਹੈ ਨਹੀਂ ਜੀ, ਮੈਂ ਥੋੜ੍ਹੀ ਜਿਹੀ ਹਲਦੀ ਐਡ ਕਰ ਰਹੀ ਹਾਂ, ਘਰ ਦੀ ਹਲਦੀ ਆਪਣੀ। ਹੁਣ ਆਪਾਂ ਇਹਦੇ 'ਚ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾਵਾਂਗੇ ਅਤੇ ਭੁੱਲ ਜਾਵਾਂਗੇ ਜੀ। ਇਹਨੂੰ ਫੈਂਟ ਕੇ ਆਪਾਂ ਬਹੁਤ ਵਧੀਆ ਬਣਾ ਲੈਣਾ। ਹੁਣ ਆਪਣਾ ਤਿਆਰ ਹੈ ਜੀ, ਆਪਾਂ ਇਹਨੂੰ ਹੁਣ ਢੱਕ ਕੇ ਰੱਖ ਦਾਂਗੇ। ਲਓ ਜੀ, ਇੱਧਰ ਆਪਾਂ ਚਾਸ਼ਨੀ ਵਾਸਤੇ ਪਾਣੀ ਰੱਖ ਕੇ ਚਾਸ਼ਨੀ ਬਣਾ ਲਈ, ਧਰਤੀ ਹੈ ਚਾਸ਼ਨੀ ਬਣਨੀ। ਚਾਸ਼ਨੀ ਬਣਾ ਲੈਂਦੇ ਹਾਂ ਜਿੰਨੀ ਦੇਰ ਆਪਣਾ ਇੰਨੀ ਦੇਰ 'ਚ ਆਪਣਾ ਪੈਟਰਨ ਜਿਹੜਾ ਆਪਾਂ ਕੀਤਾ ਉਹ ਰੈਡੀ ਹੋ ਜੂਗਾ। ਲਓ ਜੀ, ਆਪਣੀ ਚਾਸ਼ਨੀ ਬਣ ਕੇ ਤਿਆਰ ਹੈ, ਇਹਨੂੰ ਉਤਾਰ ਦਾਂਗੇ ਅਤੇ ਹੁਣ ਰੱਖਦੇ। ਲਓ ਜੀ, ਆਪਾਂ ਹੁਣ ਸੌਸ ਵਾਲੀ ਬੋਤਲ 'ਚ ਪਾ ਲਾਂਗੇ। ਇਹ ਬੋਟਲ ਆਰਾਮ ਨਾਲ ਮਿਲ ਜਾਂਦੀ ਹੈ। ਹੁਣ ਆਪਾਂ ਇਸ ਨੂੰ ਪੈਟਰਨ ਵਿੱਚ ਪਾ ਲਾਂ। ਸੋਰੀ, ਆਪਾਂ ਇਹਦੇ 'ਚ ਥੋੜ੍ਹਾ ਜਿਹਾ ਮਿੱਠਾ ਸੋਡਾ ਵੀ ਪਾਉਣਾ ਜੀ, ਅਤੇ ਆਪਾਂ ਇਹਦੇ 'ਚ ਬਿਲਕੁਲ ਜਿਹੜਾ ਮਿੱਠਾ ਸੋਡਾ ਪਾਉਣਾ ਆਪਣੇ ਬਿਲਕੁਲ ਥੋੜ੍ਹਾ ਪਾਉਣਾ, ਬਿਲਕੁਲ ਮਿੱਠਾ ਸੋਡਾ ਬਿਲਕੁਲ ਥੋੜ੍ਹਾ ਜਿਹਾ ਪਾਉਣਾ। ਜੇ ਤੁਸੀਂ ਮਿੱਠਾ ਸੋਡਾ ਬਹੁਤ ਜ਼ਿਆਦਾ ਪਾ ਦੋਗੇ ਤਾਂ ਇਹ ਫਿਰ ਘਿਓ 'ਚ ਜਦੋਂ ਆਪਾਂ ਇਹਨਾਂ ਨੂੰ ਪਾਵਾਂਗੇ ਘਿਓ 'ਚ ਜਾ ਕੇ ਫਟਣਾ ਸ਼ੁਰੂ ਕਰ ਦਿੰਦੀਆਂ ਨੇ, ਅਤੇ ਜਦੋਂ ਸਾਰਾ ਘਿਓ ਤੁਹਾਡਾ ਐਵੇਂ ਚੂਸ ਲੈਣਗੀਆਂ। ਮਿੱਠਾ ਸੋਡਾ ਉਦੋਂ ਪਾਉਣਾ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਨਾ, ਪਾ ਕੇ ਰੱਖਣਾ ਨਹੀਂ। ਚਲੋ, ਉਹਦੇ 'ਚ ਪਾਉਂਦੇ ਹਾਂ ਆਪਾਂ ਹੁਣ ਇਹਨੂੰ ਬੋਟਲ 'ਚ। ਲਓ ਜੀ, ਆਪਾਂ ਬਣਾ ਲਾ ਅਤੇ ਹੁਣ ਆਪਾਂ ਇਹਨੂੰ ਦੂਸਰਾ ਪਾਸਾ ਪਲਟਦੇ ਹਾਂ। ਗੈਸ ਤੁਸੀਂ ਸਿਮ ਰੱਖਣਾ, ਕਿਉਂਕਿ ਜੇ ਆਪਾਂ ਇੱਕਦਮ ਫਾਸਟ 'ਤੇ ਬਣਾਵਾਂਗੇ ਤਾਂ ਫਿਰ ਇਹ ਬਾਹਰੋਂ ਤਾਂ ਪੂਰਾ ਹੋ ਜਾਣਗੀਆਂ ਬਟ ਅੰਦਰੋਂ ਜਿਹੜੀਆਂ ਇਹ ਕੱਚੀਆਂ ਰਹਿ ਜਾਣਗੀਆਂ। ਦੇਖੋ, ਆਪਣਾ ਕਲਰ ਬੜਾ ਸੋਹਣਾ ਆ ਗਿਆ। ਹੁਣ ਆਪਾਂ ਇਹਨੂੰ ਕੱਢ ਲੈਂਦੇ ਹਾਂ। ਆਪਾਂ ਹੋਰ ਪਾਤੀਆਂ ਜਲੇਬੀ ਦੀ ਆਮਲੀ ਸ਼ੇਪ ਤਾਂ ਵਧੀਆ ਆ ਗਈ ਜੀ ਵਿੱਚ ਬਣਦੇ ਬਣਦੇ। ਜਲੇਬੀ ਤਾਂ ਹੁੰਦੀ ਹੋਈ ਉਲਝੀ ਹੋਈ ਆ ਕਹਿੰਦੇ ਨੇ, ਇਹਨੂੰ ਕੌਣ ਸੁਲਝਾ ਸਕਦਾ। ਆਪਣੀ ਜਲੇਬੀ ਜਿਹੜੀ ਬਣ ਕੇ ਦੇਖੋ ਤਿਆਰ ਹੈ ਜਲੇਬੀ ਆਪਣੀ, ਬਹੁਤ ਵਧੀਆ ਅਤੇ ਕ੍ਰਿਸਪੀ ਬਣੀ ਹੈ। ਪਲੀਜ਼ ਚੈਨਲ ਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ। ਦੂਸਰੀ ਗੱਲ, ਜੇ ਤੁਹਾਡੇ ਕੋਲ ਉਵੇਂ ਦੀ ਬੋਟਲ ਨਹੀਂ ਹੈਗੀ, ਤੁਸੀਂ ਐਵੇਂ ਦੀ ਕੋਈ ਵੀ ਬੋਟਲ ਘਰ ਯੂਜ਼ ਕਰ ਸਕਦੇ ਹੋ। ਇਹਦੇ ਉੱਪਰ ਸ਼ੇਕ ਕਰ ਲਓ ਗੈਸ 'ਤੇ ਕੋਈ ਚੀਜ਼ ਗਰਮ ਕਰਕੇ, ਇਹਦੇ ਵਿੱਚ ਜਿੰਨਾ ਕੁ ਤੁਹਾਨੂੰ ਮਤਲਬ ਬਾਹਲਾ ਵੱਡਾ ਹੋਲ ਨਹੀਂ ਕਰਨਾ ਕਿਉਂਕਿ ਉਹ ਫਿਰ ਫੁੱਲ ਫੁੱਲ ਕੇ ਬਹੁਤ ਵੱਡੀਆਂ ਹੋ ਜਾਣਗੀਆਂ। ਬਰੀਕ ਜਿਹਾ ਇਹਦੇ 'ਚ ਸ਼ੇਕ ਕਰਕੇ ਤੁਸੀਂ ਇਹ ਬੋਟਲ ਵਿੱਚ ਵੀ ਪਾ ਸਕਦੇ ਹੋਗੇ। ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਜੀ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਥੈਂਕ ਯੂ ਵੈਰੀ ਮੱਚ।